ਬੱਚਿਆਂ ਨੂੰ ਮੋਬਾਈਲ ਦੇ ਕੇ ਖੇਡ ਲਾਉਣ ਵਾਲੇ ਜਾਂ ਰੋਂਦੇ ਬੱਚਿਆਂ ਨੂੰ ਮੋਬਾਈਲ ਦੇ ਕੇ ਚੁੱਪ ਕਰਾਉਣ ਵਾਲੇ ਹੋ ਜਾਓ ਸਾਵਧਾਨ। ਮੋਬਾਈਲ ਫੜਾਉਣ ਤੋਂ ਪਹਿਲਾਂ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲਿਓ। ਅਕਸਰ ਹੀ ਕਈ ਵਾਰ ਘਰਾਂ ਵਿੱਚ ਰੋਂਦੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਜਾਂ ਖੇਡ ਲਾਉਣ ਲਈ ਮਾਂ ਪਿਓ ਵੱਲੋਂ ਬੱਚਿਆਂ ਨੂੰ ਮੋਬਾਈਲ ਫੋਨ ਦਿੱਤਾ ਜਾਂਦਾ ਹੈ। ਦਰਅਸਲ ਇੱਕ ਮੋਬਾਈਲ ਦੇਖ ਰਹੀ 3 ਸਾਲਾਂ ਦੀ ਬੱਚੀ ਦੇ ਹੱਥ ਵਿੱਚ ਫਟ ਗਿਆ ਮੋਬਾਈਲ ਫੋਨ, ਜਿਸ ਕਰਕੇ ਬੱਚੀ ਨੂੰ ਹਸਪਤਾਲ ਐਮਰਜੈਂਸੀ ਵਿੱਚ ਦਾਖਲ ਕਰਵਾਉਣਾ ਪਿਆ। ਫੋਨ ਚਲਾਉਣ ਦੇ ਹੀ ਵਿਹੜੇ ਬਹਿ ਕੇ ਗੁੜੀਆ ਮੰਜੇ ਤੇ ਬਹਿ ਕੇ ਤੇ ਉਹ ਹੱਥ 'ਚ ਹੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ, ਨਾਲ ਹੀ ਕੱਪੜੇ ਸੜ ਗਏ, ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ। ਚੁੱਕ ਕੇ ਲਿਆਂਦਾ ਫਿਰ ਵੀ ਲਾ ਲਏ ਉਹਨਾਂ ਘਰੇ ਕੱਪੜੇ ਕੁਪੜੇ ਲਾ ਤੇ ਤੇ ਇੱਥੇ ਲਿਆਂਦਾ ਤੇ ਐਮਰਜੈਂਸੀ ਦਾਖਲ ਕਰਾ ਦਿੱਤਾ। ਸੋ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।